ਕੰਟੀਨਿਊਸਲੀ ਦੋ ਵਾਰੀ ਤੁਹਾਨੂੰ ਦਿੱਲੀ ਦੀ ਸਿੱਖ ਸੰਗਤ ਨੇ ਐਕਸੈਪਟ ਕਿਉਂ ਨਹੀਂ ਕੀਤਾ? ਸਾਨੂੰ ਹਾਰਨ ਤੋਂ ਬਾਅਦ ਹਾਰ ਪਏ ਨੇ, ਇਹਨਾਂ ਨੂੰ ਜਿੱਤਣ ਤੋਂ ਬਾਅਦ ਜੁੱਤੇ ਪਏ ਨੇ। ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਮਿਲੀ ਭਗਤ ਕਰਕੇ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਂ ਬਿਲਕੁਲ, ਹਾਂ ਜੀ, ਮੈਂ ਕਹਿ ਰਿਹਾ, ਮੈਂ ਤਾਂ ਕਹਿ ਰਿਹਾ, ਰਾਜਨਾਥ ਸਿੰਘ ਦਾ ਨਾਮ ਲੈ ਰਿਹਾ, ਅਰੁਣ ਜੇਟਲੀ ਕੋਲ ਜਾ ਕੇ ਰੋਏ, ਸ਼ੂਰਵੀਰ ਸਿੰਘ ਜਿਹੜਾ ਡਾਇਰੈਕਟਰ ਸੀ ਗੁਰਦੁਆਰਾ ਇਲੈਕਸ਼ਨ ਬੋਰਡ ਦਾ, ਮੈਂ ਉਹਦਾ ਨਾਮ ਲੈ ਰਿਹਾ। ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ? ਸਰਨਾ ਸਾਹਿਬ ਇਲਜ਼ਾਮ ਲਗਾਉਂਦੇ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਤੇ, ਸਰਦਾਰ ਮਨਜੀਤ ਸਿੰਘ ਜੀ ਕੇ ਇਲਜ਼ਾਮ ਲਗਾਉਂਦੇ ਨੇ ਸਰਦਾਰ ਪਰਮਜੀਤ ਸਿੰਘ ਸਰਨਾ ਦੇ। ਕੰਮਾਂ ਪ੍ਰਧਾਨ ਅੱਜ ਤੱਕ ਨਹੀਂ ਦੇਖਿਆ। ਇਲਜ਼ਾਮਾਂ ਦੀ ਗੇਮ ਚੜ੍ਹਦੀ ਪਈ ਹੈ ਦੋਹਾਂ ਪਾਰਟੀਆਂ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦਿੱਲੀ ਵਰਸਸ ਸ਼੍ਰੋਮਣੀ ਅਕਾਲੀ ਦਲ। ਦੇਖੋ ਇੱਕ ਗੱਲ ਮੈਂ ਤੁਹਾਨੂੰ ਬੇਨਤੀ ਕਰਾਂ, ਇਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲਾਉਣਾ ਸਿੱਖਾਂ ਦੀ ਮਾਨ ਜਥੇਬੰਦੀ ਨੂੰ ਬਦਨਾਮ ਕਰਨ ਦੇ ਬਰਾਬਰ ਹੈ। ਇਹਨਾਂ ਨੂੰ ਬਾਦਲ ਦਲ ਹੀ ਸੱਦਿਆ ਕਰੋ, ਸ਼੍ਰੋਮਣੀ ਅਕਾਲੀ ਦਲ ਨਾ ਛੱਡਿਆ ਕਰੋ।